ਯੋਗੀ ਇਸ ਸਮੇਂ ਵਿੱਕੀਪੁਰ ਲੜ ਜੁੜੇ ਹੋਏ ਨੇ ਵਿੱਕੀ ਸੰਗਰੂਰ ਸਿਆਸਤ ਦਾ ਗੜ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਪੰਚਾਇਤੀ ਚੋਣਾਂ ਦੇ ਲਈ ਵੀ ਕਿਸ ਤਰ੍ਹਾਂ ਦਾ ਮਾਹੌਲ ਜੀ ਨਹੀਂ ਲੋ ਬਿਲਕੁਲ ਕਿਉਂਕਿ ਅੱਜ ਦਾ ਦਿਨ ਪਿੰਡਾਂ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਦੇ ਕਹਿ ਸਕਦੇ ਆ ਸੀਐਮ ਚੁਣਦੇ ਨੇ ਪਿੰਡਾਂ ਦੇ ਸਰਪੰਚ ਚੁਣਦੇ ਨੇ ਇਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ VOTING ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜਾਏਗੀ 4 ਵਜੇ ਤੱਕ ਜਿਹੜੀ ਇਹ VOTING ਹੋਏਗੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜੇ ਇਸ ਦੇ ਨਤੀਜੇ ਨੇ ਜਿਹੜੇ ਉਹ ਆਉਣਗੇ ਗੱਲ ਕੀਤੀ ਹੈ ਪੰਜ ਸੰਗਰੂਰ ਦੇ ਵਿੱਚ ਤਾਂ ਤਕਰੀਬਨ 422 ਦੇ ਕਰੀਬ ਜਿਹੜੀਆਂ ਪੰਚਾਇਤਾਂ ਨੇ ਜਿਹੜੀਆਂ ਉਹ ਚੁਣੀਆਂ ਜਾਣਗੀਆਂ ਜਿਦੇ ਵਿੱਚੋਂ 35 ਪੰਚਾਇਤਾਂ ਜਿਹੜੀਆਂ ਚੁਣੇ ਗਏ ਨੇ ਜਿੱਥੇ 35 ਸਰਸਮਤੀ ਦੇ ਸਰਪੰਚ ਚੁਣੇ ਗਏ ਨੇ ਹਾਲਾਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਜਿਹੜਾ ਪਿੰਡ ਹੈ ਸਤੌਜ ਉਹ ਇਸੇ ਸਰੂਪ ਦੇ ਵਿੱਚ ਪੈਂਦਾ ਹੈਗਾ ਉੱਥੇ ਵੀ ਸਰਸਮਤੀ ਦੇ ਨਾਲ ਜਿਹੜਾ ਸਰਪੰਚ ਜਿਹੜਾ ਚੁਣਿਆ ਗਿਆ ਕਿਉਂਕਿ ਖੁਦ ਸਰਕਾਰ ਨੇ ਅਪੀਲ ਕੀਤੀ ਸੀ ਕਿ ਸਰਸਮਤੀ ਦੇ ਨਾਲ ਪਿੰਡਾਂ ਵਿੱਚ ਸਰਪੰਚ ਚੁਣਨ ਬਿਸ਼ੇਸ਼ ਗਰੰਟਾ ਮਿਲਣਗੀ ਪਰ ਜਿੱਥੇ ਨਹੀਂ ਚੁਣੇ ਗਈਆਂ ਉੱਥੇ ਅੱਜ ਵੱਡੀ ਗਿਣਤੀ ਦੇ ਕਹਿ ਸਕਦੇ ਆ ਵਿੱਚ ਵੋਟਾਂ ਜਿਹੜੀਆਂ ਉਹ ਪੈਣਗੀਆਂ ਪੰਜਾਬ ਦੇ ਵਿੱਚ 13000 ਤੋਂ ਜ਼ਿਆਦਾ ਜਿਹੜੇ ਪੰਚਾਇਤਾਂ ਜਿਹੜੀਆਂ ਅਚੂਣੀਆਂ ਜਾਣਗੀਆਂ ਲੋਕ ਸਵੇਰ ਤੋਂ ਹੀ ਮੈਂ ਚਾਹੁੰਗਾ ਕਿ ਉਹਨਾਂ ਤਸਵੀਰਾਂ ਦਿਖਾਈਆਂ ਜਾਣ ਕਿ 8 ਵਜੇ VOTING ਸਟਾਰਟ ਹੋਣੀ ਆ ਪਰ ਲੇਕਿਨ VOTING ਸੈਂਟਰ ਦੇ ਬਾਹਰ ਲੋਕਾਂ ਦੀ ਜਿਹੜੀ ਭੀੜ ਆ ਉਹ ਸ਼ੁਰੂ ਹੁਣ ਹੀ ਹੋ ਗਈ ਹੈ ਕਿਉਂਕਿ ਲੋਕ ਇੰਤਜ਼ਾਰ ਕਰ ਰਹੇ ਕਿ ਕਦੋਂ 8 ਵਜਣਗੇ 8 ਵਜੇ ਤੋਂ ਬਾਅਦ ਉਹ ਪਹਿਲੀ ਆਪਣੀ ਵੋਟ ਜਿਹੜੀ ਪਾਉਣਗੇ ਬਜ਼ੁਰਗ ਨੇ ਖਾਸ ਤੌਰ ਦੇ ਉੱਪਰ ਉਹ ਪਹੁੰਚ ਚੁੱਕੇ ਨੇ ਕਿਉਂਕਿ ਦੂਜੇ ਪਾਸੇ ਜਿਹੜੇ ਜਿਨ੍ਹਾਂ ਲੋਕਾਂ ਨੇ ਕੰਮਕਾਰ ਲਈ ਜਾਣਾ ਹੈਗਾ ਉਹ ਕਹਿੰਦੇ ਨੇ ਕਿ ਪਹਿਲਾਂ ਆਪਣੀ ਵੋਟ ਪਾ ਕੇ ਉਹ ਚਲੇ ਜਾਣ ਉਹ ਆਪਣੀ ਵੋਟ ਪਾਉਣ ਦੇ ਲਈ ਆਪਣੀ ਬਾਰੀ ਦਾ ਇੰਤਜ਼ਾਰ ਕਰਨੇ ਕਿ ਕਦੋਂ 8:00 ਵਜਣਗੇ 8:00 ਵਜੇ ਕਦੋਂ ਜਿਹੜਾ ਸੁਰੱਖਿਆ ਅਮਲਾ ਜਿਹੜਾ ਉਹਨਾਂ ਨੂੰ ਇਜਾਜ਼ਤ ਦੇਗਾ ਕਿ ਤੁਸੀਂ ਅੱਗੇ ਆਪਣੀ ਵੋਟ ਪਾਉਣ ਦੇ ਲਈ ਜਾ ਸਕਦੇ ਹੋਗੇ ਪਿੰਡਾਂ ਦੇ ਵਿੱਚ ਕਹਿ ਸਕਦੇ ਆ ਇਸ ਸਮੇ ਸਵੇਰੇ ਸਵੇਰੇ ਜਿਹੜਾ ਮਾਹੌਲ ਹੈ ਉਹ ਇਹ ਰਹੇਗਾ ਸਾਰਾ ਦਿਨ ਨਿਲੰਮ ਕੀ ਇੱਕੋ ਇੱਕ ਵੋਟ ਆ ਜਿਹੜੀ ਉਸ ਦਾ ਪੁਖਤਾਨ ਕੀਤਾ ਜਾਵੇ ਭਾਵੇਂ ਕਿਉਂਕਿ ਇਸ ਵੋਟਾਂ ਦੇ ਵਿੱਚ ਖਾਸ ਤੌਰ ਤੇ ਹੁੰਦਾ ਕਿ ਵਿਧਾਨ ਸਭਾ ਔਰ ਜਿਹੜੀਆਂ ਦੂਸਰੀਆਂ ਲੋਕ ਸਭਾ ਵੋਟਾਂ ਦੇ ਨਾਲੋਂ ਫਰਕ ਇਹ ਹੁੰਦਾ ਕਿ ਹਰ ਵੋਟ ਪੁਖਤਾਨ ਦੇ ਲਈ ਜ਼ੋਰ ਪਾਇਆ ਜਾਂਦਾ ਕਿ ਅਗਰ ਤੁਹਾਡੀ ਵੋਟ ਕਿਸੇ ਰਿਸ਼ਤੇਦਾਰ ਦੀ 240 50 ਕਿਲੋਮੀਟਰ ਦੂਰ ਪਈ ਉਸ ਵੋਟ ਨੂੰ ਵੀ ਲਿਆ ਕੇ ਭੁਗਤਾਨ ਜਿਹੜਾ ਉਹ ਕੀਤਾ ਜਾਂਦਾ ਤਾਂ ਜੋ ਕਿਸੇ ਕਿਸਮ ਦਾ ਕੋਈ ਵੀ ਕੈਂਡੀਡੇਟ ਇਹ ਰਿਸਕ ਨਹੀਂ ਲੈਣਾ ਚਾਹੁੰਦਾ ਇਸ ਲਈ ਕਹਿ ਸਕਦੇ ਹਾਂ ਕਿ ਅੱਜ ਵੱਡੇ ਪੱਧਰ ਦੇ ਉੱਪਰ ਇਹ VOTING ਪ੍ਰਕਿਰਿਆ ਜਾਰੀ ਰਹੇਗੀ ਅਵੇਕੀ ਤੁਸੀਂ ਕੁਝ ਦਿਨ ਪਹਿਲਾਂ ਖਾਸ ਤੌਰ ਤੇ ਸਤੋਜ ਪਿੰਡ ਦਾ ਜ਼ਿਕਰ ਕੀਤਾ ਸਤੋਜ ਪਿੰਡ ਇਹ ਜਿਹੜਾ ਪਿੰਡ ਤੇ ਸੀਐਮ ਦਾ ਜੱਦੀ ਪਿੰਡ ਇਸ ਦੇ ਨਾਲ ਰਿਕਾਰਡ ਵੀ ਬਣਿਆ ਸਤੋਜ ਪਿੰਡ ਦੇ ਵਿੱਚ ਜਦੋਂ ਸਰਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਇਹ ਜਿਆ ਪਹਿਲਾ ਪਿੰਡ ਬਣਿਆ ਜਿੱਥੇ ਇੱਕ ਤਾਂ ਸੀਐਮ ਦਾ ਜੱਦੀ ਪਿੰਡ ਤੇ ਉੱਥੇ ਸਰਸੰਮਤੀ ਨਾਲ ਪੰਚਾਇਤ ਬਣੀ ਨਹੀਂ ਤਾਂ ਇਸ ਤੋਂ ਪਹਿਲਾਂ ਜਿੰਨੇ ਵੀ ਸੀਐਮ ਰਹੇ ਉਹਨਾਂ ਦੇ ਜੱਦੀ ਪਿੰਡ ਵਿੱਚ ਕਦੇ ਸਰਸੰਮਤੀ ਨਾਲ ਪੰਚਾਇਤ ਨਹੀਂ ਬਣੀ ਇੱਕ ਧਾਗੇ ਵਿੱਚ ਪਰੌਣ ਦੇ ਵਿੱਚ ناکਾਮ ਵੀ ਬਹੁ ਗਣਤੇ ਦੇ ਵਿੱਚ ਸੀਐਮ ਨਜ਼ਰ ਆਏ ਜੀ ਜੀ ਨਹੀਂ ਬਿਲਕੁਲ ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਕਿਹਾ ਗਿਆ ਸੀ ਕਿ ਅਗਰ ਕਿਸੇ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਹੈ ਜਿਹੜੀ ਸਰਬਸੰਮਤੀ ਨਾਲ ਹੁੰਦੀ ਹੈ ਤਾਂ ਵਿਸ਼ੇਸ਼ ਗਰੰਟੀ ਦਿੱਤੀ ਜਾਣ ਗਿਆ ਇਸ ਨੂੰ ਲੈ ਕੇ ਆਪਣੇ ਪਿੰਡ ਖੁਦ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਪਹੁੰਚੇ ਸੀ 3 ਤਰੀਕ ਨੂੰ 1 ਤਕਤੂਬਰ ਨੂੰ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਸੀ ਕਿਉਂਕਿ ਪਿੰਡ ਦੇ ਵਿੱਚ ਕਈ ਕੈਂਡੀਡੇਟ ਜਿਹੜੇ ਸਰਪੰਚ ਦੀ ਚੋਣ ਲੜ ਰਹੇ ਸੀ ਜਿਸ ਤੋਂ ਬਾਅਦ ਜਦੋਂ ਕਾਗਜ਼ ਵਾਪਸ ਹੀ ਆ ਦੇਣ ਸੀ ਉਸ ਦਿਨ ਬਾਕੀ ਜਿਹੜੇ ਉਮੀਦਵਾਰ ਸੀ ਜਿਹੜੇ ਦੋ ਉਮੀਦਵਾਰਾਂ ਨੇ ਜਿਹੜੇ ਆਪਣੇ ਦੂਸਰੇ ਉਮੀਦਵਾਰ ਦੇ ਹੱਕ ਦੇ ਵਿੱਚ ਕਾਗਜ਼ ਜਿਹੜੇ ਵਾਪਸ ਲੈ ਲਏ ਸੀ ਜਿਸ ਨੂੰ ਜਿਹੜਾ ਸਰਪੰਚ ਜਿਹੜਾ ਉਹ ਚੁਣ ਲਿਆ ਗਿਆ ਸੀ ਕਹਿ ਸਕਦੇ ਆ ਕਿ ਸੀਐਮ ਦੀ ਅਪੀਲ ਜਿਹੜੀ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੀ ਕੰਮ ਆਈ ਹੈਗੀ ਕਹਿ ਸਕਦੇ ਹਾਂ ਕਿ ਤਕਰੀਬਨ 3700 ਦੇ ਕਰੀਬ ਜਿਹੜੇ ਪੰਜਾਬ ਦੇ ਵਿੱਚ ਜੜੀਆਂ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਨੇ ਜਿਹੜੀਆਂ ਚੁਣੀਆਂ ਗਈਆਂ ਨੇ ਪਰ ਲੇਕਿਨ ਜ਼ਿਆਦਾਤਰ ਪਿੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਿਲਮ ਕਿ ਜਿੱਥੇ ਸਰਪੰਚ ਸਰਬਸੰਮਤੀ ਦੇ ਸਰਪੰਚ ਨਹੀਂ ਚੁਣੇ ਗਏ ਤਾਂ ਉੱਥੇ ਜਿਹੜੀਆਂ ਬਾੜਾਂ ਦੇ ਵਿੱਚ ਜਿਹੜੀਆਂ ਕਹਿ ਸਕਦੇ ਆ ਮੈਂਬਰ ਨੇ ਜਿਹੜੇ ਉਹ ਜ਼ਿਆਦਾਤਰ ਮੈਂਬਰ ਨੇ ਜਿਹੜੇ ਸਰਬਸੰਮਤੀ ਦੇ ਨਾਲ ਹੀ ਚੁਣੇ ਗਏ ਨੇ ਕਈ ਬਾੜਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਸਿਰਫ ਸਰਪੰਚੀ ਲਈ VOTING ਹੋ ਰਹੀ ਆ ਕਈ ਪਿੰਡਾਂ ਦੇ ਵਿੱਚ ਜਿਹੜੀ ਮੈਂਬਰੀ ਲਈ VOTING ਹੋ ਰਹੀ ਆ ਜਾਨੀ ਕਿ ਬਹੁਤ ਘੱਟ ਇਦਾਂ ਦੇ ਪਿੰਡ ਨੇ ਜਿੱਥੇ ਕਿ ਕਹਿ ਸਕਦੇ ਆ ਕਿ ਸਾਰੀਆਂ ਚੋਣਾਂ ਹੋ ਰਹੀਆਂ ਹੁਣ ਲੇਕਿਨ ਲੇਕਿਨ ਸਰਪੰਚੀ ਦੇ ਮੈਂਬਰੀ ਲਈ ਬਹੁਤ ਜਗ੍ਹਾ ਦੇ ਉੱਪਰ ਜਿਹੜੀਆਂ ਸਬੰਧਤਾਂ ਹੋਈਆਂ ਨੇ ਸੰਗਰੂਰ ਦੇ ਗੱਲ ਕੀਤੀ ਜਾਵੇ ਸੰਗਰੂਰ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਕਈ ਕੈਬਨਿਟ ਮੰਤਰੀਆਂ ਦਾ ਜਿਹੜਾ ਇਹ ਇਲਾਕਾ ਆਉਂਦਾ ਸੁਨਾਮ ਤੋਂ ਅਮਨ ਅਰੋੜਾ ਨੇ ਲਹਿਰਗਾਗਾ ਤੋਂ ਬਰਿੰਦਰ ਗੋਇਲ ਨੇ ਲਹਿਰਗਾ ਆਪਣਾ ਸੋ ਖੁਦ ਧੂਰੀ ਤੋਂ ਮੁੱਖ ਮੰਤਰੀ ਜਿਹੜੇ ਇਥੋਂ ਵਿਧਾਇਕ ਨੇ ਤੇ ਹਰਪਾਲ ਚੀਮਾ ਨੇ ਜਿਹੜੇ ਵਿੱਤ ਮੰਤਰੀ ਨੇ ਦੜਬਾ ਤੋਂ ਉਹ ਨੇ ਪਰ ਇੰਨੇ ਮੰਤਰੀਆਂ ਦੇ ਏਰੀਆ ਦੇ ਵਿੱਚ ਕਹਿ ਸਕਦੇ ਹਾਂ ਖਾਸ ਜਿਹੜੀ ਇਹ ਜ਼ਿਲ੍ਹਾ ਖਾਸ ਬਣ ਜਾਂਦਾ ਇਸ ਲਈ ਖੁਦ ਜਿਹੜੇ ਵਿਧਾਇਕ ਨਿੰਦਰਕਰ ਭਾਜ ਨੇ ਉਹਨਾਂ ਦੇ ਆਪਣੇ ਦੋਨੋਂ ਪਿੰਡਾਂ ਦੇ ਵਿੱਚ ਜਿਹੜੀਆਂ ਸਰਬਸੰਪਤੀ ਨਾਲ ਜਿਹੜੀਆਂ ਪੰਚਾਇਤਾਂ ਨੇ ਜਿਹੜੀਆਂ ਉਹ ਤੁਹਾਨੂੰ ਵੀ ਬੀ ਬਿਲਕੁਲ ਕਈ ਸਭਾ ਮੰਤਰੀ ਨੇ ਸੰਗਰੂਰ ਤੋਂ ਬਿਲੋਂਗ ਕਰਦੇ ਨੇ ਵਿੱਕੀ ਤੁਸੀਂ ਤਸਵੀਰਾਂ ਵਿਖਾਉਂਦੇ